ਮੈਂ ਇਮਰਾਨ ਖਾਨ ਦੀ ਬਾਡੀ ਲੈਂਗੁਏਜ ਦੇਖ ਕੇ ਬਹੁਤ ਮੈਨੂੰ ਹੋਈ ਕਿ ਉਹ ਕਹਿੰਦਾ ਕਿ ਜਦ ਅਸੀਂ ਤੁਹਾਡੇ ਨਾਲ ਦੋਸਤੀ ਦਾ ਹੱਥ ਵਟਾਉਣਾ ਚਾਹੁੰਦੇ ਹਾਂ ਤੁਸੀਂ ਛੋਟੀ ਛੋਟੀ ਗੱਲ ਵਿੱਚ ਕਿਉਂ ਨੁਕਸ ਕੱਢਦੇ ਹੋ। ਕੈਪਟਨ ਸਾਹਿਬ ਨੇ ਉਦਣ ਉਹ ਸਟੇਜ ਦੇ ਉੱਤੋਂ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਬੇਲੋੜੀਆਂ ਗਾਲਾਂ ਕੱਢ ਕੇ ਰਿਸ਼ਤਿਆਂ ਵਿੱਚ ਹੋਰ ਇੱਕ ਕਿਸਮ ਦਾ ਦਰਾਰ ਪੈਦਾ ਕੀਤੀ ਆ, ਜਦਕਿ ਇਹ ਆਪ ਹੀ ਐਸ ਚੀਫ ਮਿਨਿਸਟਰ 30 ਨਵੰਬਰ 2005 ਨੂੰ ਪਾਕਿਸਤਾਨ ਗਏ ਸੀ, ਨਨਕਾਣਾ ਸਾਹਿਬ ਵਿਜ਼ਿਟ ਕੀਤਾ ਸੀਗਾ, ਬਲਕਿ ਉਹਨਾਂ ਨੇ ਉੱਥੋਂ ਉਸ ਵਕਤ ਸ਼ਾਇਦ ਨਵਾਜ਼ ਸ਼ਰੀਫ ਦੇ ਬ੍ਰਦਰ ਸ਼ਹਿਬਾਜ਼ ਸ਼ਰੀਫ ਚੀਫ ਮਿਨਿਸਟਰ ਸੀਗੇ, ਉਹਨਾਂ ਨੇ ਇਹਨਾਂ ਨੂੰ ਇੱਕ ਤੋਹਫੇ ਦੇ ਤੌਰ 'ਚ ਇੱਕ ਅੱਛਾ ਚੰਗੀ ਨਸਲ ਦਾ ਘੋੜਾ ਵੀ ਦਿੱਤਾ ਸੀਗਾ। ਸੋ ਅੱਜ ਕੀ ਹਾਲਾਤ ਬਦਲ ਗਏ ਨੇ, 2005 ਵਿੱਚ ਵੀ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਇਹ ਗੱਲਾਂ ਜਿਹੜੀਆਂ ਸੀਗੀਆਂ ਤਕਰਾਰ ਚੱਲਦਾ ਸੀ, ਜਵਾਨ ਇੱਧਰੋਂ ਵੀ ਮਰਦੇ ਸੀ ਉੱਧਰੋਂ ਵੀ ਮਰਦੇ, ਤਾੜੀ ਤਾਂ ਦੋਨਾਂ ਹੱਥਾਂ ਨਾਲ ਵੱਜਦੀ ਆ। ਸਾਡਾ ਇਹ ਮੰਨਣਾ ਕਿ ਇਹ ਇੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਇਲਾਵਾ ਪਾਕਿਸਤਾਨ ਅਤੇ ਭਾਰਤ ਦਾ ਬਾਰਡਰ ਖੁੱਲ੍ਹਣਾ ਚਾਹੀਦਾ, ਬਿਕੋਜ਼ ਪੰਜਾਬ ਇੱਕ ਲੈਂਡਲੋਕਡ ਸਟੇਟ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗੀ, ਸਾਡੇ ਕੋਲ ਕੋਈ ਸਾਧਨ ਨਹੀਂ ਗੇ, ਸਾਡੀ ਖੇਤੀ ਫੇਲ ਹੋ ਗਈ, ਸਾਡਾ ਵਪਾਰ ਸਭ ਕੁਛ ਜੋ ਆਉਂਦਾ ਬਣਨ ਵਾਸਤੇ ਰੋ ਮਟੀਰੀਅਲ ਵੀ ਬਾਹਰੋਂ ਆਉਂਦਾ ਵਾ ਅਤੇ ਬਣਾ ਕੇ ਵੀ ਬਾਹਰ ਘਲਾਈਦਾ ਵਾ। ਅਗਰ ਇਹ ਬਾਰਡਰ ਖੁੱਲ੍ਹਦਾ ਵਾ ਅਤੇ ਜਿਹੜਾ ਪੁਰਾਣਾ ਰੂਟ ਸੀਗਾ ਸੈਂਟਰਲ ਏਸ਼ੀਆ ਨੂੰ, ਜਿਹੜਾ ਪਾਕਿਸਤਾਨ, ਅਫਗਾਨਿਸਤਾਨ, ਮੰਗੋਲੀਆ, ਈਰਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਰਸ਼ੀਆ ਤੱਕ ਕੁਛ ਨਹੀਂ ਗਾ ਅੱਗੇ, ਜੋ ਪੰਜਾਬ ਦੀ ਪ੍ਰੋਡਿਊਸ ਆ, ਜੋ ਪੰਜਾਬ ਦੀ ਇੰਡਸਟਰੀ ਦੀ ਪ੍ਰੋਡਕਸ਼ਨ ਮੈਨੂਫੈਕਚਰਡ ਗੁੱਡਸ ਨੇ, ਬਹੁਤ ਵੱਡੀ ਮਾਰਕੀਟ ਆ। ਸੋ ਇਹ ਜਿਹੜਾ ਝਗੜਾ ਪਾਇਆ ਭਾਰਤ ਅਤੇ ਪਾਕਿਸਤਾਨ ਦੀਆਂ, ਇਹ ਸਰਕਾਰਾਂ ਦਾ ਹੋ ਸਕਦਾ, ਲੋਕਾਂ ਦਾ ਕੋਈ ਝਗੜਾ ਨਹੀਂ ਗਾ। ਔਰ ਮੈਂ ਸਮਝਦਾ ਕਿ ਕਰਤਾਰਪੁਰ ਦਾ ਲਾਂਘਾ ਇੱਕ ਇਨੀਸ਼ੀਏਟਿਵ ਆ, ਇੱਕ ਪਹਿਲਕਦਮੀ ਹੋਈ ਆ, ਔਰ ਇਸ ਪਹਿਲਕਦਮੀ ਵਿੱਚ ਮਾਫ਼ ਕਰਨਾ, ਇਮਰਾਨ ਖਾਨ ਅਤੇ ਪਾਕਿਸਤਾਨ ਦੀ ਸਰਕਾਰ ਦੀ ਜ਼ਿਆਦਾ ਮੈਗਨੈਨੀਮਿਟੀ ਆ, ਜ਼ਿਆਦਾ ਵੱਡਾ ਦਿਲ ਦਿਖਾਇਆ ਉਹਨਾਂ ਨੇ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਔਰ ਸਾਡੇ ਕੈਪਟਨ ਅਮਰਿੰਦਰ ਸਿੰਘ ਨੂੰ, ਪੰਜਾਬ ਦੇ ਹਿੱਤਾਂ, ਵਡੇਰੇ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ, ਅਤੇ ਇਹ ਤਾਲੁਕਾਤ ਹੋਰ ਇੰਪਰੂਵ ਕਰਨੇ ਚਾਹੀਦੇ ਤਾਂ ਕਿ ਸਾਡਾ ਆਉਣ ਵਾਲੇ ਸਮੇਂ 'ਚ ਭਵਿੱਖ ਚੰਗਾ ਬਣ ਸਕੇ।